ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਧ ਸੰਗਤ ਜੀ, ਅੱਜ ਅਸੀਂ ਆਏ ਹਾਂ ਗੁਰਦੁਆਰਾ ਸ਼੍ਰੀ ਦਰਬਾਰਾ ਸਾਹਿਬ, ਜੋ ਕਿ ਮਾਛੀਵਾੜਾ ਵਿਖੇ ਸਥਿਤ ਹੈ। ਚਲੋ ਆਜੋ, ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਅਤੇ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ। ਇਸ ਪਵਿੱਤਰ ਸਥਾਨ ਨੂੰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਤੋਂ ਪ੍ਰਾਪਤੀ ਹੈ। ਸ਼ਹਿਨਸ਼ਾਹ ਜੋਗੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਰਾਤ ਨੂੰ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਦੇ ਘਰ ਇਸ਼ਨਾਨ ਕੀਤਾ, ਜਿੱਥੇ ਹੁਣ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਝਾੜ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਭਾਲ ਲਾਏ। ਗੁਰੂ ਜੀ ਗੁਲਾਬੀ ਅਤੇ ਪੰਜਾਬੀ ਦੇ ਬੂਟ ਅਤੇ ਬੂਟ ਮਿੱਟੀ ਦੀ ਟਿੰਡ ਅਤੇ ਪਿੰਡ ਦੇ ਦਰਖਤ ਹੇਠ ਟਿੰਡ ਨੂੰ ਸਿਰਾਂ 'ਤੇ ਰੱਖ ਕੇ ਆਰਾਮ ਕੀਤਾ। ਉਹ ਜੰਡ ਦਾ ਦਰਖਤ ਹਜੇ ਵੀ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਦੇ ਖੱਬੇ ਪਾਸੇ ਮੌਜੂਦ ਹੈ। ਉੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰ ਲਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਉਚਾਰਨ ਕੀਤਾ। ਸਵੇਰੇ ਹੋਣ 'ਤੇ ਬਾਗ ਦੇ ਰਾਖੇ ਮਾਈ ਵੱਲੋਂ ਉਸ ਨਦੀ 'ਤੇ ਜਾਣ ਦੇ ਉੱਤੇ ਗੁਰੂ ਜੀ ਨੂੰ ਬੈਠੇ ਵੇਖਿਆ ਤਾਂ ਉਸ ਨੇ ਬਾਗ ਦੇ ਮਾਲਕ ਭਾਈ ਗੁਲਾਬੀ ਅਤੇ ਪੰਜਾਬੀ ਨੂੰ ਜਾ ਕੇ ਦੱਸਿਆ। ਪਤਾ ਲੱਗਣ 'ਤੇ ਭਾਈ ਰਾਖਾ ਉਹ ਤੋਂ ਗੁਰੂ ਜੀ ਨੂੰ ਬਾਰੇ ਇਸ ਜਗ੍ਹਾ ਮਾਛੀਵਾੜੇ ਲੈ ਆਏ, ਜਿੱਥੇ ਅੱਜ ਇਹ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਸੁਭਾਈ ਹੁੰਦਾ ਹੈ। ਇਸ ਜਗ੍ਹਾ ਪਰ ਹੀ ਮਾਤਾ ਹਰਦੇਵ ਜੀ, ਜੋ ਗੁਰੂ ਸਾਹਿਬ ਦੀ ਬਹੁਤ ਸ਼ਰਧਾਲੂ ਸੀ, ਦੀ ਅੰਤਿਮ ਇੱਛਾ ਪੂਰਾ ਕਰਦਿਆਂ ਉਸ ਵੱਲੋਂ ਸ਼ਰਧਾ ਨਾਲ ਤਿਆਰ ਕੀਤਾ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸ ਪੁਸ਼ਾਕ ਨੂੰ ਉੱਚਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲੇ ਰੰਗ ਵਿੱਚ ਰੰਗਵਾਇਆ। ਜਿਸ ਮੱਠ ਵਿੱਚ ਨੀਲਾ ਰੰਗ ਕਰਵਾਇਆ ਸੀ ਉਹ ਮੱਠ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੈ। ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ 'ਤੇ ਸੰਸਾਰ ਵਿੱਚੋਂ ਲੱਖਾਂ ਸ਼ਰਧਾਲੂ ਪੁੱਜਦੇ ਹਨ ਅਤੇ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਤਾਂ ਸਾਧ ਸੰਗਤ ਜੀ, ਹੁਣ ਅਸੀਂ ਚੱਲਦੇ ਹਾਂ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।